ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਮੈਂ ਸਾਰੇ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ ਕਰੂੰਗਾ ਜਿਨ੍ਹਾਂ ਜੋ ਕਿ ਆਪਣੇ ਪੱਲਾ ਭਾਰ ਬੈਠੇ ਸੀਗੇ ਇੰਨੀ ਦੇਰ ਤੋਂ, ਚਲੋ ਬਿਜ਼ੀ ਸ਼ਡਿਊਲ ਕਰਕੇ ਜਾਈਆਂ ਮੀਟਿੰਗਾਂ ਸੀਗੀਆਂ। ਪੂਰਾ ਲੁਧਿਆਣਾ ਹਲਕਾ ਛੋਟਾ ਨਹੀਂ ਹੈ, ਸਾਡੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਲੇਟ ਹੋ ਗਏ, ਲੇਕਿਨ ਫਿਰ ਵੀ ਪਰਿਵਾਰ ਦਾ ਇੱਕ ਮਿਲਣ ਸੀਗਾ, ਉਹ ਇੰਨਾ ਇੰਨਾ ਪਿਆਰ ਦਿਖਾਇਆ ਸਾਡੇ ਇਲਾਕਾ ਵਾਸੀਆਂ ਨੇ ਕਿ ਵਿਰੋਧੀਆਂ ਦੇ ਵਿੱਚ ਇਹਦਾ ਅੰਦਰੋਂ ਕਸ਼ਮਕਸ਼ ਹੈ ਵੀ ਹੋ ਕੀ ਗਿਆ। ਮਹੱਲੇ ਵਾਸੀ ਇੱਦਾਂ ਮਤਲਬ ਮੀਟਿੰਗ ਦੇ ਵਿੱਚ ਆਪਣੀ ਕੁਰਸੀਆਂ ਦੇ ਇੱਦਾਂ ਬੈਠੇ ਆ, ਵੇਟ ਕਰ ਰਿਹਾ ਪੱਪੀ ਪ੍ਰਾਸ਼ਰ ਜੀ ਦੀ ਕਦੋਂ ਆਉਣਗੇ, ਆਪਾਂ ਉਹਨਾਂ ਦੇ ਵਿਚਾਰ ਸੁਣਾਂਗੇ। ਉਸ ਤੋਂ ਪਹਿਲਾਂ ਸਾਡੇ ਮੇਰੇ ਆਏ ਮੀਨੂ ਪ੍ਰਾਸ਼ਰ ਜੀ ਆਏ, ਵਿਕਾਸ ਪ੍ਰਾਸ਼ਰ ਮੇਰਾ ਭਰਾ ਛੋਟਾ ਭਰਾ ਇੱਥੇ ਆਇਆ, ਪੱਪੀ ਪ੍ਰਾਸ਼ਰ ਜੀ ਦੇ ਵਿਚਾਰ ਸਾਰੇ ਲੋਕਾਂ ਨੇ ਸੁਣੇ। ਵਾਰਡ ਨੰਬਰ 10 ਦੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਉਡੀਕ ਦੇ ਵਿੱਚ ਵੀ ਸਾਡੇ ਪੱਪੀ ਪ੍ਰਾਸ਼ਰ ਦੇ ਪੂਰੇ ਵਿਚਾਰ ਸੁਣ ਕੇ। ਕੀ ਲੱਗਦਾ ਕਿੰਨੀ ਲੀਡਾਂ ਜਿੱਤਣਗੇ ਪੱਪੀ ਪ੍ਰਾਸ਼ਰ ਜੀ? ਲੀਡ 2 ਲੱਖ ਤੋਂ ਪਲੱਸ ਦੀ ਲੀਡ ਹੋਊਗੀ, ਤੁਸੀਂ ਦੇਖੀ ਜਾਓ ਪੰਜਾਬ ਦਾ ਦਿਲ ਹੈ। ਔਰ ਇੱਕ ਤਾਂ ਜਿਹੜੇ ਸਾਡੇ ਗਿੱਦੜ ਵਾਹੇ ਤੋਂ ਆਏ ਹੋਏ ਆ, ਦੂਜਾ ਬਿੱਟੂ ਜਿਹਦਾ ਕਿਸੇ ਨੂੰ ਘਰ ਹੀ ਨਹੀਂ ਪਤਾ ਪਿਛਲੇ 10 ਸਾਲ ਤੋਂ, ਪੱਪੀ ਪ੍ਰਾਸ਼ਰੀ ਦਾ ਤੁਸੀਂ ਗਲੀ ਮਹੱਲੇ ਜਿੱਥੇ ਜਾ ਕੇ ਜਦੋਂ ਮਰਜ਼ੀ ਪੁੱਛ ਲਓ ਉਹਨਾਂ ਦਾ ਘਰ ਕਿਤੇ ਸ਼ਾਹਪੁਰ ਰੋਡ 'ਤੇ, ਜਿਹੜੀ ਵੀ ਪਬਲਿਕ ਆਮ ਪਬਲਿਕ ਹਰ ਜਗ੍ਹਾ ਜਾ ਕੇ ਜਦੋਂ ਵੀ ਜਾਂਦੇ ਆ ਸ਼ਾਹਪੁਰ ਰੋਡ 'ਤੇ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਆ। ਕਈਆਂ ਨੇ ਤਾਂ ਨਾਮ ਵੀ ਦਿੱਤਾ ਰਾਜਾ ਬਣਿੰਗ ਨੂੰ ਗਿੱਦੜ ਬਾਹਾ ਤੋਂ ਆਇਆ ਗਿੱਦੜ ਹੈ ਹੀ ਹੈ ਜੀ, ਬਿਲਕੁਲ ਸਹੀ ਗੱਲ ਜੋ ਕਹਿ ਰਹੇ ਹੋ, ਸੱਚਾਈ ਕਹਿ ਰਹੇ ਆ। ਪਰ ਆਪਾਂ ਚਲੋ ਉਹਦੇ ਵਿੱਚ ਆਪਾਂ ਹਾਂ ਨਾ ਹਾਂ ਨਹੀਂ ਕਿਉਂ ਮਿਲਾਉਣੀ ਹੈ, ਤਾਂ ਲੋਕਾਂ ਦੇ ਆਪਣੇ ਵਿਚਾਰ ਹੈ। ਪਰ ਸਾਡੇ ਪੱਪੀ ਪ੍ਰਾਸ਼ਰ ਜੀ ਜਿੱਦਾਂ ਕੰਮ ਕਰ ਰਹੇ ਆ ਉਹਨਾਂ ਦੇ ਕੰਮ ਦੇ ਆਧਾਰ 'ਤੇ ਲੋਕ ਉਹਨਾਂ ਨੂੰ ਵੋਟ ਪਾਉਣਗੇ 1 ਤਰੀਕ ਨੂੰ, ਔਰ 4 ਤਰੀਕ ਨੂੰ ਤੁਸੀਂ ਦੇਖਣਾ ਇਹੀ ਰੋਡ ਹੋਊਗੀ, ਇੱਦਾਂ ਹੀ ਇੱਥੇ ਵੱਡਾ ਜਲਸਾ ਹੋਊਗਾ ਅਤੇ ਪੱਪੀ ਪ੍ਰਾਸ਼ਰ ਜੀ ਆ ਕੇ ਇੱਥੇ ਲੋਕਾਂ ਦਾ ਫਿਰ ਧੰਨਵਾਦ ਕਰਦੇ। ਲੁਧਿਆਣੇ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਲੁਧਿਆਣੇ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗਾ ਕਿ 1 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਪੱਪੀ ਪ੍ਰਾਸ਼ਰ ਜੀ ਨੂੰ ਜਿਤਾਈਏ ਤਾਂ ਕਿ ਉਹ ਸਾਡੀ ਆਪਣੀ ਆਵਾਜ਼ ਬਣ ਸਕੇ। ਲੋਕ ਸਭਾ ਦਿੱਲੀ ਦੇ ਵਿੱਚ ਪਾਰਲੀਮੈਂਟ ਜਾ ਕੇ ਸਾਡੀ ਆਪਣੀ ਲੁਧਿਆਣੇ ਦੀ ਆਵਾਜ਼ ਬਣ ਕੇ ਉੱਥੇ ਗੂੰਜ ਸਕਣ। ਔਰ 10 ਸਾਲ ਦੇ ਵਿੱਚ ਜਿਹੜੇ ਬਿੱਟੂ ਨੇ ਕੋਈ ਕੰਮ ਨਹੀਂ ਕੀਤੇ, 2 ਸਾਲ ਦੇ ਪੱਪੀ ਜੀ ਦੇ ਇੰਨੇ ਕੰਮ ਬੋਲਦੇ ਪਏ ਆ, ਔਰ ਲੋਕਾਂ ਦਾ ਇੰਨਾ ਪਿਆਰ ਮਿਲਦਾ ਪਿਆ ਕਿ ਤੁਸੀਂ ਦੇਖਿਓ ਆ 5 ਸਾਲ ਦੀ ਜਿਹੜੀ ਟਰਮ ਮਿਲਣੀ ਹੈ ਪੱਪੀ ਪ੍ਰਾਸ਼ਰ ਜੀ ਨੂੰ ਸੇਵਾ ਕਰਨ ਵਾਸਤੇ, 5 ਸਾਲ ਦੇ ਵਿੱਚ ਪੂਰੇ ਲੁਧਿਆਣੇ ਦੀ ਉਹਨਾਂ ਨੇ ਨੁਹਾਰ ਬਦਲ ਦੇਣੀ ਆ ਤੁਹਾਨੂੰ। ਥੈਂਕ ਯੂ। ਅੱਜ ਵਾਰਡ ਨੰਬਰ 10 ਦੇ ਵਿੱਚ ਪ੍ਰਦੀਪ ਸ਼ਰਮਾ ਜੀ ਦੋਨੇ ਸਾਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦਾ ਪੱਪੀ ਦਾ ਪ੍ਰੋਗਰਾਮ ਵੱਡਾ ਇੱਕ ਰੱਖੀਦਾ ਮੀਟਿੰਗ ਸੀਗੀ, ਇੱਕ ਜਨ ਸਭਾ ਦੇ ਰੂਪ 'ਚ ਜਿਹੜੀ ਬਦਲ ਗਈ ਅੱਜ ਉਹ ਕਰਾਇਆ ਗਿਆ ਵਾ। ਲੋਕਾਂ ਵੱਲੋਂ ਹਲਕਾ ਸੈਂਟਰ ਦੇ ਸਾਰੇ ਸਾਡੇ ਜਿੰਨੇ ਪਰਿਵਾਰ ਨੇ ਉਹਨਾਂ ਵੱਲੋਂ ਪੱਪੀ ਨੂੰ ਵਿਸ਼ਵਾਸ ਜਤਾਇਆ ਗਿਆ ਕਿ ਤੁਸੀਂ ਜਿਹੜੀਆਂ ਬਾਕੀ 8 ਕੌਂਸੀਆਂ ਨੇ ਉੱਥੇ ਜੋੜ ਲਾਓ, ਤੁਹਾਡੇ 2 ਸਾਲ ਦੇ ਕੀਤੇ ਹੋਏ ਕੰਮ ਹਲਕਾ ਸੈਂਟਰ ਦੇ ਲੋਕ ਉਹਦਾ ਮੁੱਲ ਮੋੜਨ ਲਈ ਤਿਆਰ ਬੈਠੇ ਨੇ, 1 ਤਰੀਕ ਦੀ ਉਡੀਕ ਕਰ ਰਹੇ ਨੇ। 1 ਨੰਬਰ ਦੇ ਲੋਕ 1 ਜੂਨ ਨੂੰ 1 ਨੰਬਰ ਦੇ ਝਾੜੂਆਂ ਦੇ ਬਟਨ 'ਤੇ ਵੋਟਾਂ ਪਾਉਣ ਨੂੰ ਸਾਰੇ ਹਲਕਾ ਸੈਂਟਰ ਦੇ ਸਾਰੇ ਲੁਧਿਆਣੇ ਦੀ ਜਨਤਾ ਤਿਆਰ ਬੈਠੀ ਹੈ। ਤੁਹਾਨੂੰ ਪਤਾ ਲੱਗਿਆ ਵਾ ਬਈ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਕਿੰਨਾ ਪਿਆਰ ਆ। 4-4 ਘੰਟੇ ਹਾਲਾਂਕਿ ਸਾਡੇ ਕੋਲੋਂ ਲੇਟ ਆਇਆ ਜਾ ਰਿਹਾ ਵਾ, ਪ੍ਰੋਗਰਾਮ ਹੀ ਇੰਨੇ ਆ, ਲੋਕ ਪਿਆਰ ਇੰਨਾ ਕਰਦੇ ਆ, ਪਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ ਜਿਹੜੇ ਕੰਮ ਨੇ 2 ਸਾਲਾਂ ਦੇ ਉਹ ਲੋਕਾਂ ਦੇ ਵਿੱਚ ਅੱਜ ਘਰ ਘਰ ਚੁੱਕੇ ਹੋਏ ਆ। ਔਰ ਆਮ ਆਦਮੀ ਪਾਰਟੀ ਦੇ 13 ਦੇ 13 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ। ਇਹ ਕੰਮਾਂ ਦੇ ਆਧਾਰ ਦੇ ਉੱਤੇ ਪਹਿਲੀ ਪਾਰਟੀ ਆ ਜਿਹੜੀ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗਦੀ ਆ। ਕਿਵੇਂ ਦੇਖ ਰਹੇ ਹੋ 4 ਘੰਟੇ ਤੋਂ ਜਨਤਾ ਬੈਠੀ ਹੋਈ ਆ, ਫਿਰ ਵੀ ਇਕੱਠ ਉੱਥੇ ਤਾਂ ਉੱਥੇ ਹੀ ਆ ਜੀ। ਦੇਖੋ ਇਹੀ ਪਿਆਰ ਕਹਿੰਦੇ ਆ, ਉਹ ਲੋਕਾਂ ਨੂੰ ਪਤਾ ਵਾ ਨਹੀਂ ਕੌਣ ਆਉਂਦਾ ਵਾ,
ਇਹਦਾ ਹੁਣ ਇੱਦਾਂ ਕੋਈ ਬਹਿੰਦਾ ਵਾ ਅਗਲਾ ਕਹਿੰਦਾ ਜਾਓ ਯਾਰ ਆਪਣੇ ਘਰ, ਅਸੀਂ ਕਿਹੜਾ ਕੋਈ ਇਹਨਾਂ ਨੂੰ ਕਿਸੇ ਗੱਲ ਦੀ ਹੈਲਪ ਕਰਦੇ ਹਾਂ, ਅਸੀਂ ਕੰਮ ਕਰਦੇ ਹਾਂ, ਲੋਕ ਦੇਖਦੇ ਆ ਤਾਂ ਹੀ ਸਮਾਂ ਦਿੰਦੇ। ਪਿੰਡਾਂ ਦੇ ਵਿੱਚ ਤਾਂ ਬਿੱਟੂ ਦੇ ਪ੍ਰੋਗਰਾਮ ਦੇ ਕੁਰਸੀਆਂ 'ਤੇ ਇੱਕ ਬੰਦਾ ਵੀ ਨਹੀਂ ਮਿਲਦਾ ਜੀ। ਦੇਖੋ ਕੰਢੇ ਬੀਜ ਕੇ ਕਿਸੇ ਨੇ ਫੁੱਲ ਥੋੜ੍ਹਾ ਚੁਗਣੇ ਆ, ਇਹਨਾਂ ਨੇ ਕੰਢੇ ਬੀਜੇ ਆ ਉੱਥੇ ਭਾਜਪਾ ਵਾਲਿਆਂ ਨੇ, ਅੱਜ ਉਹਨਾਂ ਨੂੰ ਚੁਗਣੇ ਪੈ ਰਹੇ ਆ। ਤੁਹਾਡੇ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਆ ਪੂਰੇ ਕੀਤੇ ਜਾਣਗੇ? ਵਾਅਦਾ ਪੂਰਾ ਕਰੂੰਗਾ, ਪਹਿਲਾਂ ਵਿਧਾਨ ਸਭਾ 'ਚ ਵੀ ਕੀਤਾ, ਹੁਣ ਵੀ ਕਰੂੰਗਾ।